ਸਾਡੇ ਨਾਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਹੁਣੀ ਜੁੜ ਚੁੱਕੇ ਨੇ। ਭੁੰਦੜ ਸਾਹਿਬ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ। ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ, ਇਹ ਅਸਤੀਫਾ ਕਿਸ ਰਣਨੀਤੀ ਦੇ ਤਹਿਤ ਦਿੱਤਾ ਗਿਆ ਹੈ? ਕਿ ਸੁਖਬੀਰ ਸਿੰਘ ਬਾਦਲ ਹੁਣ ਪ੍ਰਧਾਨ ਨਹੀਂ ਬਣਨਗੇ ਦੁਬਾਰਾ, ਥੋੜ੍ਹੀ ਸਥਿਤੀ ਸਪਸ਼ਟ ਕਰ ਸਕਦੇ ਹੋ ਤੁਸੀਂ? ਭੁੰਦੜ ਸਾਹਿਬ, ਮੇਰੀ ਆਵਾਜ਼ ਸੁਣ ਪਾ ਰਹੇ ਹੋ? ਲੇਕਿਨ ਉਹਨੇ ਅਸਤੀਫਾ ਦੇ ਤਾ, ਕੋਈ ਪਾਰਟੀ ਦੇ ਭਲੇ ਵਾਸਤੇ ਦਿੱਤਾ ਹੋਣਾ, ਕੁਛ ਸੋਚ ਦਿੱਤਾ ਹੋਣਾ। ਬੜੇ ਕਾਬਲ ਨੇ, ਬੜੇ ਮਿਹਨਤੀ ਨੇ, ਬੜਾ ਲੰਬਾ ਸਮਾਂ ਤੋਂ ਪੋਲਿਟਿਕਸ 'ਚ ਹੈ, ਇਸ ਕਰਕੇ ਉਹਦੇ 'ਤੇ ਤੁਹਾਡੇ ਲਫ਼ਜ਼ਾਂ ਤਾਂ ਮੈਂ ਵੀ ਜਵਾਬ ਦੇਣਾ। ਮੈਂ ਇੱਦਾਂ ਕਹਿ ਦੇਣਾ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਉਸ 'ਤੇ ਪਾਰਟੀ ਨੇ, ਕਿਉਂਕਿ ਮੈਂ ਐਕਟਿੰਗ ਪ੍ਰਧਾਨ ਆ ਜੀ, ਉਹ 'ਤੇ ਅਗਲਾ ਕੀ ਫੈਸਲਾ ਲੈਣਾ ਹੈ ਉਹ ਹਮੇਸ਼ਾ ਪਾਰਟੀ ਲੈਂਦੀ ਹੁੰਦੀ ਹੈ, ਇੱਕ ਬੰਦਾ ਨਹੀਂ ਲੈਂਦਾ ਹੁੰਦਾ, ਉਹ ਸਾਡੀ ਵਰਕਿੰਗ ਕਮੇਟੀ ਹੁੰਦੀ ਹੈ, ਆਲ ਪਾਵਰਫੁਲ ਲੀਗਲ ਬਾਡੀ। ਉਹਨੇ ਮੈਂ 12 ਵਜੇ 18 ਤਰੀਕ ਨੂੰ, ਅੱਜ 16 ਹੈ, 12 ਵਜੇ ਉਸਦੀ ਮੀਟਿੰਗ ਬੁਲਾ ਰਹੀ ਹੈ। ਹੁਣ ਅਗਲੀ ਕਾਰਵਾਈ ਅੱਗੇ ਕੀ ਕਰਨਾ, ਪਾਰਟੀ ਨੇ ਕੀ ਸੋਚਣਾ, ਉਹ ਜੋ ਸਾਰੀ ਪਾਰਟੀ ਸੋਚੇਗੀ ਉਹ ਫੈਸਲਾ ਹੋ ਜਾਏਗਾ। ਕੀ ਥੋੜ੍ਹਾ ਜਿਹਾ ਦੱਸ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੰਸਟੀਟਿਊਸ਼ਨ ਕੀ ਕਹਿੰਦਾ, ਪ੍ਰਧਾਨਗੀ ਦੀ ਚੋਣ ਕਿਵੇਂ ਹੁੰਦੀ ਹੁੰਦੀ ਹੈ? ਜਿਹੜੀ ਕੰਸਟੀਟਿਊਸ਼ਨ ਹੈ ਉਹਦੇ ਮੁਤਾਬਕ ਹੀ ਉਸ ਪਾਰਟੀ ਦੀ ਮੀਟਿੰਗ ਸੱਦੀ ਹੈ ਜੀ। ਉਹ ਜਿਹੜਾ ਫੈਸਲਾ ਹੋਏਗਾ ਸਾਡਾ ਲੀਗਲ ਫੈਸਲਾ ਉਹੀ ਹੋਏਗਾ ਵਿਧਾਨਕ, ਇਸ ਕਰਕੇ ਸਿਸਟਮ ਉਹੀ ਹੈ। ਮੈਂ ਇਕੱਲਾ ਨਾ ਫੈਸਲਾ ਕਰ ਸਕਦਾ, ਨਾ ਮੈਂ ਇਕੱਲਾ ਆਪਣੇ ਵੱਲੋਂ ਕਹਿ ਸਕਦਾ, ਜੇ ਮੈਂ ਕਹਿ ਤਾਂ ਫਿਰ ਤਾਂ ਮੈਂ ਡਿਕਟੇਟਰ ਹੋ ਗਿਆ। ਨਹੀਂ, ਮੈਂ ਸਮਝ ਗਿਆ ਤੁਹਾਡੀ, ਮੈਂ ਵੈਸੇ ਪਾਰਟੀ ਬਾਰੇ ਹੀ ਪੁੱਛ ਰਿਹਾ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ? ਵਰਕਿੰਗ ਕਮੇਟੀ ਹੀ ਪਾਵਰਫੁਲ ਹੁੰਦੀ ਹੈ ਜੀ। ਤਾਂ ਵਰਕਿੰਗ ਕਮੇਟੀ ਅਗਲਾ ਪ੍ਰਧਾਨ ਚੁਣੇਗੀ, ਅਗਲਾ ਪ੍ਰਧਾਨ ਫਿਰ ਵਰਕਿੰਗ ਕਮੇਟੀ ਚੁਣੇਗੀ। ਜਦੋਂ ਪ੍ਰਧਾਨ ਦੀ ਅਸਤੀਫਾ ਦੇ ਦੇਣ, ਬਾਕੀ ਸਾਰੀਆਂ ਚੀਜ਼ਾਂ ਭੰਗ ਹੋ ਜਾਂਦੀਆਂ ਆਟੋਮੈਟਿਕ। ਅੱਛਾ, ਇਕੱਲੀ ਵਰਕਿੰਗ ਕਮੇਟੀ ਰਹਿ ਜਾਂਦੀ ਹੈ, ਓਕੇ, ਵੀ ਇਲੈਕਟਡ ਬਾਡੀ ਹੁੰਦੀ ਹੈ ਹਾਊਸ ਦੀ, ਓਕੇ। ਇਸ ਕਰਕੇ ਫਿਰ ਇਲੈਕਟਡ ਬਾਡੀ ਜਿਹੜੀ ਹਾਊਸ ਦੀ ਹੈ, ਲੀਗਲ ਉਹ ਜੋ ਫੈਸਲਾ ਲੈਂਦੀ ਹੈ ਉਹਨੂੰ ਲੀਗਲ ਮੰਨਿਆ ਜਾਂਦਾ ਹੈ। ਓਕੇ, ਤਾਂ ਕਦੋਂ, ਇੱਕ ਵਾਰੀ ਤੁਸੀਂ ਦੁਬਾਰਾ ਦੱਸ ਸਕਦੇ ਹੋ ਕਿਉਂਕਿ ਆਵਾਜ਼ ਪਹਿਲਾਂ ਘੱਟ ਆ ਰਹੀ ਸੀਗੀ? 18 ਨਵੰਬਰ, ਅੱਜ ਹੈ 16 ਜੀ, 12 ਵਜੇ ਦਾ ਟਾਈਮ ਚੰਡੀਗੜ੍ਹ ਦਫ਼ਤਰ 'ਚ ਬੁਲਾ ਲਈ ਹੈ ਅਕਾਲੀ ਦਲ ਵਿੱਚ। 12 ਦਸੰਬਰ ਨਹੀਂ, 18 ਨਵੰਬਰ, 18 ਪਰਸੋਂ 18 ਨਵੰਬਰ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਲਈ ਗਈ ਹੈ। ਹਾਂਜੀ ਹਾਂਜੀ, ਤਾਂ ਉਸੇ ਦਿਨ ਮੈਂ ਥੋੜ੍ਹਾ ਜਿਹਾ ਹੋਰ ਵਿਸਤਾਰ ਨਾਲ ਜਾਣਨਾ ਚਾਹਾਂਗਾ ਕਿ ਉਸੇ ਦਿਨ ਨਵੇਂ ਪ੍ਰਧਾਨਗੀ ਦਾ ਚੋਣ ਹੋ ਸਕਦਾ? ਨਹੀਂ, ਇਹ ਨਹੀਂ ਹੁੰਦਾ, ਹੁੰਦਾ ਕੁਛ ਫੈਸਲਾ ਕਰਦੇ ਅਸੀਂ ਕੀ ਕਰਨਾ, ਅੱਜ ਪੁਰਾਣੀ ਚੀਜ਼ ਹੋ ਜੂ, ਪਾਰਟੀ ਦੇ ਫੈਸਲਾ ਕਰਨਾ ਕਿ ਅਸੀਂ ਕੀ ਕਰਨਾ। ਵਰਕਿੰਗ ਕਮੇਟੀ, ਜਿਹੜੀ ਵਰਕਿੰਗ ਕਮੇਟੀ ਹੈ ਜਿਹੜੀ ਅਸਤੀਫੇ ਤੋਂ ਬਾਅਦ ਹੋਏ, ਕੀ ਅਸੀਂ ਇਸ ਤੇ ਫੈਸਲਾ ਅੱਗੇ ਲੈਣਾ, ਇਹ ਪਾਰਟੀ ਲੈਂਦੀ ਹੈ। ਜੇ ਮੈਂ ਕਹਿ ਤਾਂ ਐਂ ਕਰਾਂਗੇ ਫਿਰ ਤਾਂ ਮੇਰਾ ਫੈਸਲਾ ਹੋ ਗਿਆ। ਨਹੀਂ, ਮੈਂ ਸਮਝ ਗਿਆ ਤੁਹਾਡੀ ਗੱਲ। ਫਿਰ ਵੈਸੇ ਤੁਸੀਂ, ਕਿਉਂਕਿ ਠੀਕ ਹੈ ਅੱਜ ਆਪਾਂ ਤੁਹਾਨੂੰ ਕਾਰਜਕਾਰੀ ਪ੍ਰਧਾਨਗੀ ਦੇ ਤੌਰ 'ਤੇ ਨਹੀਂ, ਵੈਸੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾ ਹੋ, ਸੀਨੀਅਰ ਨੇਤਾ ਹੋ, ਕੀ ਵਰਕਿੰਗ ਕਮੇਟੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਰਿਜੈਕਟ ਵੀ ਕਰ ਸਕਦੀ ਹੈ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾਏਗੀ? ਤੁਸੀਂ ਦੇਖੋ, ਤੁਹਾਡੀ ਡਿਊਟੀ ਹੈ ਜਰਨਲਿਸਟ ਤੋਂ ਕਿਹੜੇ ਵਿੰਗੇ ਢੰਗ ਨਾਲ ਆਪਣਾ ਮਤਲਬ ਹੱਲ ਕਰਨਾ, ਤੇ ਮੈਂ ਤੁਹਾਨੂੰ ਕਹਿਤਾ ਕਿ ਮੇਰਾ ਕਿਲਾਈ ਆਨਸਰ ਹੈ, ਇਦੋਂ ਵੱਧ ਕਿ ਜਿੰਨੇ ਕਿੰਨੇ ਵਾਰੀ ਕਹਿ ਲਓ ਨਾ ਅੱਗੇ ਬੋਲਣਾ ਪਿੱਛੇ। ਚਲੋ, ਅੱਛਾ, ਆਖਰੀ ਸਵਾਲ ਭੁੰਦਰ ਸਾਹਿਬ, ਕੀ ਇਹ ਵੀ ਹੁੰਦਾ ਕਿ ਜਦੋਂ ਟੈਨਿਓਰ ਖਤਮ ਹੋਣਾ ਹੋਵੇ ਤਾਂ ਫਿਰ ਜਿਹੜੇ ਮੌਜੂਦਾ ਪ੍ਰਧਾਨ ਹੁੰਦੇ ਨੇ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ, ਕਿਉਂਕਿ ਟੈਨਿਓਰ ਵੀ ਸੁਖਬੀਰ ਸਿੰਘ ਬਾਦਲ ਦਾ ਖਤਮ ਹੋ ਰਿਹਾ ਸੀ, ਕਿਉਂਕਿ ਇਹ ਥੋੜ੍ਹੀ ਜਿਹੀ ਆਪਾਂ ਦਰਸ਼ਕਾਂ ਨੂੰ ਕਲੀਅਰ ਕਰ ਦਈਏ? ਇਹ ਤੇ ਕੋਈ ਆਨਸਰ ਕਰਨਾ, ਤੁਸੀਂ ਕਿੰਨਾ ਕਹਿ ਲਓ ਜਿੰਨੀ ਮੈਂ ਇੱਕ ਲਾਈਨ ਕਹਿ। ਇਹ ਥੋੜ੍ਹਾ ਜਿਹਾ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਕੰਸਟੀਟਿਊਸ਼ਨਲ ਜੋ ਰੁਕਾਵਟਾਂ ਆ ਰਹੀਆਂ ਸੀ, ਯਾਨੀ ਕਿ ਮਤਲਬ ਜਿਹੜਾ ਤੁਹਾਡਾ ਸਵਾਲ ਹੈ, ਮੈਂ ਸਾਰਿਆਂ ਦਾ ਇਕੱਠਾ ਜਵਾਬ ਦੇ ਦਿੰਦਾ ਜੀ। ਜੋ ਵੀ ਤੁਸੀਂ ਸਾਥੋਂ ਪੁੱਛਣਾ ਚਾਹੁੰਦੇ, 18 ਤਰੀਕ ਨੂੰ 12 ਵਜੇ ਸਾਡੀ ਵਰਕਿੰਗ ਕਮੇਟੀ ਦੀ ਮੀਟਿੰਗ, ਅਸੀਂ ਉਸ 'ਚ ਆਨਸਰ ਕਰ ਦਿਆਂਗੇ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ।